गूगल ते चेक करो एक शहर आंदे हल्ब हल्ब तेरे हंजू को सलाम में शाम दे बॉर्डर ते शहर है ई कने अगा इराक शुरू थी वेंदे ई हल्ब दे चौक दे विच हुसैन जेड़े वेले तिलावत शुरू की थी है सांग दे तिलावत शुरू की थी उत्तर सामने गिरजा घर रहा उत्ता भी एक राहिब बैठा हा उदे बच्चे नी को दीगर वेले खेडते खड़े हैं ते हुसैन का सर सांग ते हा बच्चे खेडते जाते आ दिन यार ये आवाज कितों पई आंदी है बड़ी सोहनी आवाज है जले आवाज दिखी ने आवाज कने ज्यादा वो जवान सोना हा जड़ा कुरान पढ़ता हा कुरान वला डिठे ने तो पहाड़ा ला कारिये कुरान सुना उन्हें एक वेखवा के यार ये तो कोई बादशाह पिया लग दे कोई बाला दे जम दे ला दा बादशाह है कोई आदे बादशाह दा पुत्र पिया लग दे एक छुआर खड़ा हुआ के यार उस्ताद कने ना दिलू उस्ताद आदे मैं इंजील दा पक्का ठक्का हाफेदा वो कुदरा सड्डू ना भी आखू आ देख तले तू इंजील दा हाफे दे ये कुरान दा हाफे दे बलावे तुहाडा सही बलावे जी वो जी मैं नौकर सही शाजी मैं नौकर ए जवान बाल इवे गिरजे विच कदम रखे सी फटदा फटदा वे उस्ताद दी उम्र ही 110 साल ਉਹਦਾ ਹਨ ਬਹੀਰਾ ਰਾਹਿਬ ਇਹ ਹਾ ਕੈਸ ਇਹਦਾ ਨਾਂ ਕੈਸ ਹਾ ਤੇ ਰਾਹਿਬ ਹਾ ਇੰਜੀਲ ਦਾ ਹਾਫਿਦਾ ਇਹ ਉਸਤਾਦ ਦੇ ਗੋਡੇ ਕੋ ਹੱਥ ਲਾ ਕੇ ਕਿ ਉਸਤਾਦ ਜੀ ਉਹ ਕਿ ਜੀ ਉਹ ਕਿਆ ਗੱਲ ਹੈ ਤੂੰ ਲੰਬੇ ਲੰਬੇ ਸਾਫੀਆਂ ਗਿਣਦੀ ਫੜਦਾ ਨਹੀਂ ਉਹ ਕਿ ਜੀ ਆ ਉਸਤਾਦ ਜੀ ਕਿਆ ਗੱਲ ਹੈ ਉਸਤਾਦ ਜੀ ਕੱਲੇ ਡੁੱਲੋ ਤਾਂ ਕੋ ਚੌਂਕ ਚ ਇੱਕ ਕੁਰਾਨ ਨਕਾਰੀ ਦਿਖਾਉਂ ਉਹ ਕਿ ਕੁਰਾਨ ਦੇ ਕਾਰੀ ਦਾ ਮੈਂ ਡਿਠਨ ਇੱਕ ਨਵੀਂ ਗੱਲ ਹੈ ਉਹ ਕਿ ਉਸਤਾਦ ਜੀ ਇਹ ਨਵੀਂ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਆਇਆ ਉਹਦਾ ਜੁੱਲੋ ਉਹ ਕਿ ਕਹੀਂ ਨਵੀਂ ਗੱਲ ਹੈ ਮੁਸਲਮਾਨੇ ਕੋ ਮੈਂ ਡਿੱਠੇ ਉਹ ਸਫ਼ਾਂ 'ਤੇ ਪੜ੍ਹਦੇ ਹਨ ਮੁਸੱਲੇ 'ਤੇ ਪੜ੍ਹਦੇ ਹਨ ਤੁਰਦੇ ਪੜ੍ਹਦੇ ਹਨ ਫਿਰਦੇ ਪੜ੍ਹਦੇ ਹਨ ਰੁਕ ਕੇ ਪੜ੍ਹਦੇ ਹਨ ਨਮਾਜ਼ੇ ਵਿੱਚ ਪੜ੍ਹਦੇ ਹਨ ਆਪਣੀ ਇਬਾਦਤ ਵਿੱਚ ਪੜ੍ਹਦੇ ਹਨ ਬਾਲ ਦੀ ਧਾੜ ਨਿਕਲੀ ਹੈ ਉਹ ਕਿ ਉਸਤਾਦ ਜੀ ਮੈਂ ਜਿਹੜੇ ਕਾਰੀ ਦੀ ਗੱਲ ਪਿਆ ਕਰੇ ਨਾ ਨਾ ਉਹ ਸਫ਼ 'ਤੇ ਹੈ ਨਾ ਉਹ ਮੁਸੱਲੇ 'ਤੇ ਹੈ ਨਾ ਉਹ ਖੜੇ ਨਾ ਉਹ ਸੁੱਤਾ ਪਏ ਉਹਦਾ ਸਰ ਰੇ ਧੜ ਕਈ ਨਹੀਂ ਅਤੇ ਉਹਦੇ ਸਰ ਵਿੱਚੋਂ ਕੁਰਾਨ ਦੀ ਆਵਾਜ਼ ਪਈ ਆਉਂਦੀ ਹੈ ਬਸ ਜੀ ਮੈਂ ਬੈਠਾ ਹਾਂ ਵਸਤੇ ਰਾਵੋ ਰਾਹਬੀ ਮੈਂ ਉੱਠੇ ਉਹ ਇੰਜੀਲ ਚਾਹਤੀ ਹੈ ਉਹ ਅੱਗੇ ਕਿੱਥਾਂ ਹੈ ਉਹ ਅੱਗੇ ਚੌਕ 'ਚ ਖੜਾ ਪੜਦੇ ਵਸੀਮ ਪੇਰਵੀ ਜਿਹੜੇ ਵੇਲੇ ਆਏ ਨਾ ਇਹ ਰਾਹਿਬ ਤੇ ਹੁਸੈਨ ਸਾਂਗ ਤੇ ਕੁਰਾਨ ਖੜੇ ਪੜਦੇ ਹਨ ਸਭ ਸੋਹਣਾ ਸੁਣੇ ਜਿਹੜੇ ਹੁਸੈਨ ਦਾ ਚਿਹਰਾ ਡਿੱਠੇ ਸੀ ਤੇ ਹੁਸੈਨ ਦੀ ਤਿਲਾਵਤ ਸੁਣੀ ਸੀ ਹੁਸੈਨ ਸਾਂਗ ਤੇ ਖੜਾ ਪੜਦੇ ਯਾ ਅਯੂਹ ਅਲਦੀਨ ਆਮਨੂ ਲਾ ਤਕੂਨੂ ਕਲਦੀਨ ਆਜ਼ਵ ਮੂਸਾ ਫਬਰਅਹੁ ਅੱਲਾਹ ਮਿਮਾ ਕਾਲੂ ਵਕਾਨ ਇੰਦ ਅੱਲਾਹ ਵਜੀਹਾ ਯਾ ਅਯੂਹ ਅਲਦੀਨ ਆਮਨੂ ਤਕੂ ਅੱਲਾਹ ਵਕੂਨੂ ਕੌਲਨ ਸਦੀਦਨ يصلح لكم أعمالكم ويغفر لكم ذنوبكم ومن يطع الله ورسوله فقد فاز فوزا عظيما إنا عرضنا الأمانة على السماوات والأرض والجبال فأبين أن يحملنها فأشفقن منها وحملها الإنسان إنه كان سلوما جهولا ليعذب الله المنافقين والمنافقات والمشركين والمشركات ويتوب الله على المؤمنين والمؤمنات وكان الله غفورا رحيما
ਖੁਦਾ ਤੁਹਾਡਾ ਭਲਾ ਕਰੇ ਅੱਲਾਹ ਦਾ ਕੋਈ ਇਸਤਾ ਦੇਵੇ ਉਹ ਚਿੱਟੀ ਦਾੜੀ ਵਾਲੇ ਉਹ ਤੁਸਾਂ ਤਾਂ ਮੈਂ ਨਿਕੰਮੇ ਕੰਨੇ ਕੁਰਾਨ ਸੁਣੇ ਉਹ ਵੀ ਜਿਹੜਾ ਰੋਟੀ ਖਾਧੀ ਬੈਠੇ ਉਹ ਵੀ ਜਿਹੜਾ ਪਾਣੀ ਤੇ ਬੋਤਲਾਂ ਪੀਤੀ ਬੈਠੇ ਉਹ ਵੀ ਜਿਹੜਾ ਬੁੱਤ ਵੀ ਹੈ ਧੜ ਵੀ ਹੈ ਜਿਹੜੇ ਹੁਸੈਨ ਦੀ ਤਿਲਾਵਤ ਸੁਣੀ ਸੀ ਤੇਰੇ ਹੰਝੂ ਦੀ ਕਸਮ ਰਾਹਿਬ ਤੜਪੇ ਪੂਰਾ ਜਿਸਮ ਕੰਬਣ ਖੜ ਗਏ ਹੱਥ ਪੱਕ ਕੇ ਹੁਸੈਨ ਕੂਆ ਦੇ ਤੂੰ ਕਿੱਥੋਂ ਦਾ ਵਸਦਾ ਕਾਰੀ ਹੈ ਦੱਸ ਕੋਏ ਕੁਰਾਨ ਪੜ੍ਹਾਈ ਇਵੇਂ ਕੋਈ ਕਾਰੀ ਨਹੀਂ ਪੜ੍ਹ ਸਕਦਾ ਜਿਵੇਂ ਤੈਂ ਕੁਰਾਨ ਸੁਣਾਈ ਓ ਯਾ ਖੁਦ ਰਸੂਲ ਦਾ ਪਲਿਆ ਹੈ ਯਾ ਖੀਰ ਬਦੂਲ ਪਿਲਾਈ ਰੱਬ ਜਾਣੇ ਕਿਹੜੀ ਮਜਬੂਰੀ ਹੈ ਇਹਨਾਂ ਜ਼ਾਲਮ ਸਾਗ ਚੜ੍ਹਾਈ ਰੋਣ ਲਾ ਹੁਸੈਨ ਨੇ ਦੇ ਤੇ ਜਵਾਬ ਦਿੱਤੇ ਜ਼ਮੀਨ ਹੱਲਣ ਪੈ ਗਈ ਏ ਹੁਸੈਨ ਦੇ ਅਕਬਰ ਦਾ ਮੈਂ ਬਾਬਾ ਹਾਂ ਤੇ ਫਾਜ਼ੀ ਮੇਰਾ ਵੀਰੇ ਇੱਕ ਦੀਨ ਦੀ ਖਾਤਰ ਮੈਂ ਛੋੜ ਦਿੱਤੀ ਉਹ ਨਾਨੇ ਦੀ ਜਾਨੂਰੇ ਉਹ ਜਿਹੜਾ ਨੇਜ਼ੇ ਤੇ ਕੁਰਾਨ ਪੜ੍ਹੋ ਖੀਰ ਦੀ ਮਤ ਤਾਸੀਰ ਦੁਨੀਆ ਮੇ ਕੋ ਹੁਸੈਨਾ ਦੀ ਹੈ ਮੇਰਾ ਨਾਮ ਪੀਰ ਸ਼ਬੀਰ ਰੋਣ ਲਾ ਬੇਟਾ ਮੇਰੀ ਦੁਆ ਥੁੱਪ ਕੇ ਬੈਠੀ ਰਾਤ ਜੀਵੇ ਤੇ ਤੂੰ ਹੁਸੈਨ ਦੀਦਾਰ ਕਰਾਵੇ ਆਖੇ ਮੇਰੇ ਸਿੱਖਰ ਚ ਨੀਰ ਬੈਠਾ ਵਹਿੰਦਾ ਹੋਵੇ ਬੱਚੜੇ ਜੀਵਨ ਤੁਹਾਨੇ ਉਹਦੀ ਕੂਕ ਨਿਕਲੀ ਹੈ ਅੱਗੇ ਹੁਸੈਨ ਮੇਕੋ ਕਲਮਾ ਪੜ੍ਹਾ ਜਾ ਹੁਸੈਨ ਸਾਗ ਤੇ ਕਲਮਾ ਪੜ੍ਹਾਏ ਉਹ ਮੀਆਂ ਗਿਰਜੇ ਦੀ ਛੱਤ ਤੇ ਚੜ ਕੇ ਉਹ ਇੱਕ ਨਾਰਾ ਲਾਏ ਸ਼ਾਇਰ ਇੱਕ ਕਸੀਦਾ ਪੜ੍ਹਾਏ ਅਗਰ ਇਹ ਆਖੋ ਤਾਂ ਮੈਂ ਤੁਹਾਨੂੰ ਸੁਣਾਵਾਂ ਘਰ ਬਾਰ ਚੱਲਦੇ ਅੱਲਾ ਕਬੂਲ ਕਰੇ ਚਾਰ ਲਾਈਨਾਂ ਮੈਂ ਪੜ੍ਹਦਾ ਜਿਹੜੀ ਉਹ ਗੱਲ ਕੀਤੀ ਮੰਨੇ ਨਾ ਜਿਹੜਾ ਥੀ ਸੀ ਉਹ ਬਰਬਾਦ ਹੁਸੈਨ ਜ਼ਿੰਦਾਬਾਦ ਹੁਸੈਨ ਜ਼ਿੰਦਾਬਾਦ ਸ਼ਾਬਾਸ਼ ਸ਼ਾਬਾਸ਼ ਸਾਰੇ ਨਬੀ ਦੇ ਨਾਮ ਦੀ ਹੁਸੈਨ ਜ਼ਿੰਦਾਬਾਦ।